ਅਸਲਾਮ ਅਲੈਕਮ ਮੈਂ ਹਾਕਮ ਮਜੀਦ ਤੇ ਤੁਸੀਂ ਵੇਖ ਰਹੇ ਹੋ ਮੇਰਾ YouTube ਚੈਨਲ ਆਕਿਬ 5 ਅਫੀਸ਼ੀਅਲ ਵੀਰ ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲ ਕਰਨ ਆਲੇ ਆ ਦੁਨੀਆ ਦੇ ਬਾਰੇ ਇਸ ਦੁਨੀਆ ਤੇ ਕੀ ਹੋਵਨ ਵਾਲਾ ਉਸ ਤੋਂ ਪਹਿਲੇ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਔਰ ਵੀਡੀਓ ਨੂੰ ਲਾਈਕ ਕਰ ਦਿਓ ਔਰ ਹੋ ਸਕੇ ਤੇ ਇੱਕ ਵਾਰ ਸ਼ੇਅਰ ਕਰ ਦਿਓ ਤੇ ਫਿਰ ਪਿਆਰਾ ਜਿਹਾ ਇੱਕ ਕਮੈਂਟ ਕਰ ਦਿਓ ਇਸ ਦੁਨੀਆ ਤੇ की होने वाला है इस टॉपिक अज मेरी वीडियो है और छोटी जी वीडियो है अगर वीडियो तुम पूरी वेखोगे तो इन शाला थनों मज़ा भी आएगा और वीडियो की समझ भी आएगी और फिर कोई प्यारा जो कमेंट करो कि क्या मैं ये जो गल रहा सही ने या गलत ने व्यूर वेखो कि दुनिया के होने वाला है दुनिया आन करीब ख़त्म होली है और किस तरह खत्म होने वाली है वह मैं थोनों ਮਨੇ ਦੱਸ ਦੇਣਾ ਵੇਖੋ ਅਜ਼ਾਨ ਔਰ ਨਮਾਜ਼ ਦੇ ਵਿੱਚ ਜਿਹੜਾ ਦਰਮਿਆਨੇ ਵਕਤ ਹੈ ਸਾਡੀ ਜ਼ਿੰਦਗੀ ਉਹ ਹਿੱਸਾ ਹੈ ਸਾਡੀ ਜ਼ਿੰਦਗੀ ਉਨਹੀਂ ਕੁ ਹੈ ਜਿਹੜਾ ਅਸੀਂ ਵਕਤ ਗੁਜ਼ਾਰ ਰਹੇ ਹਾਂ ਸਾਡੇ ਕੰਨਾਂ ਦੇ ਵਿੱਚ ਅਜ਼ਾਨ ਆ ਚੁੱਕੀ ਹੈ ਜਦੋਂ ਅਸੀਂ ਪੈਦਾ ਹੋਏ ਸੀ ਔਰ ਹਣ ਕਰੀਬ ਹੀ ਸਾਡੀ ਨਮਾਜ਼ ਪੜੀ ਜਾਣ ਵਾਲੀ ਹੈ ਅਜ਼ਾਨ ਔਰ ਨਮਾਜ਼ ਦਾ ਜਿਹੜਾ ਦਰਮਿਆਨਾ ਵਕਤ ਹੈ ਉਨੀ ਕੁ ਸਾਡੀ ਜ਼ਿੰਦਗੀ ਹੈ ਤੇ ਫਿਰ ਸਾਨੂੰ ਕੀ ਚਾਹੀਦਾ ਹੈ ਕਿ ਅਸੀਂ ਅੱਲਾ ਨੂੰ ਯਾਦ ਰੱਖੀਏ ਅੱਲਾ ਦੇ ਬਾਰਗਾਹ ਦੇ ਅੰਦਰ ਸਜਦਾ ਸਜੂਦ ਹੁੰਦੇ ਰਹੀਏ ਪੰਜੇ ਵਕਤ ਕੁਰਾਨ ਪੜ੍ਹਦੇ ਰਹਿ ਜਾਈਏ ਨਾ ਜਾਣੇ ਕਦੋਂ ਸਾਡੇ ਇਹ ਜਿਹੜੇ ਸਾਹ ਦੀ ਡੋਰੀ ਹੈ ਇਹ ਖਤਮ ਹੋ ਜਾਣੀ ਹੈ ਕਿਉਂਕਿ ਤੁੰਬਾ ਜਿੰਦੜੀ ਦਾ ਸਦਾ ਨਹੀਂ ਬਚਦੇ ਆ ਰਹਿਣਾ ਫਿਰ ਸਾਨੂੰ ਚਾਹੀਦਾ ਹੈ ਕਿ ਅਸੀਂ ਹਮੇਸ਼ਾ ਦਮ ਹਬ ਲਮਹਾ ਹਰ ਵਕਤ ਹਰ ਟਾਈਮ ਅੱਲਾ ਨੂੰ ਯਾਦ ਰੱਖਿਏ ਔਰ ਨਮਾਜ਼ ਬਕਾਇਦਗੀ ਨਾਲ ਪੜੀ ਅਜ ਮੇਰਾ ਮੈਸੇਜ ਹੈ ਇਹ ਦੁਨੀਆ ਨੂੰ ਅਸੀਂ ਗਲੇ ਲਗਾ ਲਿਆ ਹੈ ਇਹ ਦੁਨੀਆ ਨੂੰ ਅਸੀਂ ਆਪਣਾ ਅਸਲੀ ਘਰ ਸਮਝ ਲਿਆ ਹੈ ਜਦਕਿ ਸਾਡਾ ਅਸਲੀ ਘਰ ਨਹੀਂ ਅਸੀਂ ਇੱਥੇ ਮੁਸਾਫਰ ਹਾਂ ਉਹ ਇੱਕ ਸ਼ਾਇਰ ਨੇ ਆਖਿਆ ਨਾ ਇੱਥੇ ਬੰਦੇ ਆ ਪ੍ਰਾਣਾ ਤੂੰ ਆਇਆ ਪ੍ਰਾਣਿਆਂ ਨੂੰ ਜਾਣਾ ਪੈਂਦਾ ਹੈ ਇੱਥੇ ਕਿਸੇ ਨਹੀਂ ਉਹ ਪੱਕਾ ਡੇਰਾ ਲਾਇਆ ਪਰਾਣਿਆਂ ਨੂੰ ਜਾਣਾ ਪੈਂਦਾ ਹੈ। ਤੇ ਲਿਹਾਜ਼ ਹੈ ਕਿ ਨ ਇੱਕ ਦਿਨ ਜਾਣਾ ਪੈਣਾ ਹੈ। ਹੁਣ ਵੇਖੋ ਮੇਰੇ ਵਾਲਦ ਸਾਹਿਬ ਵੀ ਫੌਤ ਹੋ ਗਏ ਨੇ। ਮੇਰੇ ਦਾਦਾ ਜੀ ਵੀ ਫੌਤ ਹੋ ਗਏ ਨੇ। ਮੇਰੇ ਪਰਦਾਦਾ ਜੀ ਵੀ ਫੌਤ ਹੋ ਗਏ ਨੇ। ਉਹਨਾਂ ਦੇ ਵਾਲਦ ਸਾਹਿਬ ਵੀ ਫੌਤ ਹੋ ਗਏ ਨੇ। ਬਾਬੇ ਆਦਮ ਤੋਂ ਲੈ ਕੇ ਸਾਡੀ نسل ਚੱਲਦੀ ਆ ਰਹੀ ਹੈ। ਔਰ ਸਾਡੇ ਵਡੇਰੇ ਫੌਤ ਹੋ ਗਏ ਨੇ। ਤੇ ਜ਼ਾਹਿਰ ਹੈ ਉਹਨਾਂ ਤੋਂ ਬਾਅਦ ਅਸੀਂ ਪੈਦਾ ਹੋਏ ਆਏ ਹਾਂ। ਉਹਨਾਂ ਤੋਂ ਬਾਅਦ ਜਿਵੇਂ ਲਿਸਟ ਦੇ ਨਾਲ ਪੈਦਾ ਹੁੰਦੇ ਆਏ ਨੇ। ਉਸ ਲਿਸਟ ਦੇ ਨਾਲ ਹੀ ਉਸੇ ਨੰਬਰ ਵਾਰ ਹੀ ਉਹ ਫੋਟ ਹੋ ਗਏ ਨੇ ਅਸੀਂ ਉਹਨਾਂ ਤੋਂ ਬਾਅਦ ਵਿੱਚ ਪੈਦਾ ਹੋਏ ਹਾਂ ਹੁਣ ਅਗਲਾ ਫੋਟ ਹੋਣ ਦਾ ਇਸ ਦੁਨੀਆ ਤੋਂ ਦੁਨੀਆ ਨੂੰ ਛੋੜਨ ਦਾ ਨੰਬਰ ਵੀ ਸਾਡਾ ਹੈ ਸਾਨੂੰ ਇਹ ਚੀਜ਼ ਨੂੰ ਯਾਦ ਰੱਖਣਾ ਚਾਹੀਦਾ ਹੈ ਦੂਸਰੇ ਯੂਟਿਊਬਰਾਂ ਦੀ ਤਰ੍ਹਾਂ ਕੋਈ ਝੁੰਮਰ ਸ਼ੁੰਮਰ ਮੇਰੇ ਕੋਲ ਨਹੀਂ ਮਾਰੀ ਜਾਂਦੀ ਯਾਨੀ ਕਿ ਵੀਡੀਓ ਦੇ ਵਿੱਚ ਜਾਂ ਕੋਈ ਡਾਂਸ ਵਗੈਰਾ ਕਲੱਬ ਦੇ ਵਿੱਚ ਜਾ ਕੇ ਉਹ ਗੱਲ ਕੋਈ ਨਹੀਂ ਆਪਣੇ ਕੁਲੇ ਫੋਜੀ ਗੱਲ ਹੈ ਅਗਰ ਮੇਰੀ ਗੱਲ ਪਸੰਦ ਆਵੇ ਤੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ तो भाई जी दुनिया एक मुसाफर खाना है इसी मुसाफर हैं अच्छे ज़िंदगी गुजारो अच्छे इखलाक ना इंसान वही अच्छा जिसका इखलाक अच्छा अच्छा इखलाक रखोगे इस दुनिया भी कामयाब हो और आखरत भी कामयाब हो जड़ा न अल्लाह तला अच्छे इखलाक वाला इंसान पसंद है तुश वेखो हकूक उल्लाह सारे पूरे कर लो ना अल्लाह तला कि नमाज भी पढ़ते रह जाओ कुरान पढ़ते रह जाओ हज कर लो जक़ात कर लो तो बंद थोड़े दिल्च नफ़रत है ना तो सारिया चीज़ा काबले कबूल कोई नहीं हकूक उ हकूक उल्लाह भी पूरा कर लिया है हकूक उल इबाद अगर तीन पूरा नहीं कर सके तो थोड़ी कोई भी चीज़ काबले कबूल कोई नहीं हकूक उ इबाद किस तरीके नी मुकम्मल कर सकते है। अच्छा है। हैं साड़ा इखलाक अच्छा होगा भाई जी दुनिया का ये ज एक मुसाफरखाना है असं इतने मुसाफिर हैं तो आखिर असि मंजिल से पहुँच जाना है ना अज पहुँच जाना है कल पहुँच जाना है ਇੱਕ ਮਿੰਟ ਤੋਂ ਦੂਰ ਇੱਕ ਸੈਕਿੰਡ ਦਾ ਜ਼ਿੰਦਗੀ ਦਾ ਪਤਾ ਨਹੀਂ ਤੇ ਅੱਲਾਹ ਨੂੰ ਜ਼ਰੂਰ ਯਾਦ ਰੱਖੋ ਯਾਰਾਂ ਫਜ਼ੂਲ ਨਾ ਟਾਈਮ ਜ਼ਾਇਆ ਕਰੋ ਨਮਾਜ਼ ਪੜੋ ਕੁਰਾਨ ਪੜੋ ਅੱਲਾਹ ਨੂੰ ਯਾਦ ਰੱਖੋ ਔਰ ਹਰ ਟਾਈਮ ਯਾਦ ਰੱਖੋ ਜਿਹੜਾ ਅਸੀਂ ਮਕਸਦ ਜਿਹੜਾ ਸਾਡਾ ਹੈ ਉਹ ਅਸੀਂ ਹੱਲ ਕਰਕੇ ਜਾਈਏ ਬੇਮਕਸਦ ਇਸ ਦੁਨੀਆ ਤੋਂ ਨਾ ਟੁੱਟ ਜਾਈਏ ਇਹ ਇੱਕ ਅੱਜ ਮੇਰੀ ਵੀਡੀਓ ਦਾ ਮੈਸੇਜ ਹੈ ਵੇਖੋ ਇਹ ਦੁਨੀਆ ਦੇ ਵਿੱਚ ਇਹ ਫੂਫਾਂ ਤੇਵੇਂ ਖਾਮ ਖਾ ਦੇ ਸ਼ੌਦਾ ਕੰਮ ਹੈ ਆਜਿਜ਼ੀ ਨਾ ਰਹੋ ਭਾਈ ਜੀ ਰਜ਼ਕੀ ਹਲਾਲ ਕਮਾਓ ਅੱਲਾ ਅੱਲਾ ਕਰੋ ਤੇ ਬਸ ਇੱਥੇ ਵੀ ਸੱਤੇ ਖੈਰਾਂ ਨੇ ਤੇ ਉੱਥੇ ਵੀ ਸੱਤੇ ਖੈਰਾਂ ਨੇ ਅਗਰ ਤੁਸੀਂ ਅੱਲਾ ਨੂੰ ਯਾਦ ਰੱਖੋਗੇ ਨਮਾਜ਼ ਪੜ੍ਹਦੇ ਰਹਿ ਜਾਓਗੇ ਨਾ ਤੇ ਇਨਸ਼ਾਅੱਲਾ ਉਹ ਮਾਲਕ ਬੜਾ ਕਰੀਮ ਹੈ ਉਹ ਤੁਹਾਨੂੰ ਰਿਜ਼ਕ ਹਲਾਲ ਵੀ عطا ਫਰਮਾਏਗਾ ਇਨਸ਼ਾਅੱਲਾ ਔਰ عطا ਫਰਮਾ ਰਿਹਾ ਹੈ ਅਸੀਂ ਨਮਾਜ਼ਾਂ ਨਹੀਂ ਵੀ ਪੜ੍ਹਦੇ ਨਾ ਅੱਲਾ ਫਿਰ ਵੀ ਦੇ ਰਿਹਾ ਜੇ ਅਗਰ ਨਮਾਜ਼ਾਂ ਪੜ੍ਹ ਲਓ ਅੱਲਾ ਨੂੰ ਯਾਦ ਕਰ ਲਓ ਅੱਲਾ ਨੂੰ ਰਾਜ਼ੀ ਕਰ ਲਓ ਤੇ ਅੱਲਾ ਹੋਰ ਸਾਨੂੰ ਕਿੰਨਾ عطا ਕਰੇਗਾ ਇਹ ਵੀ ਜ਼ਿਹਨ ਵਿੱਚ ਰੱਖੋ ਤੇ ਮੀਆਂ ਸਾਹਿਬ ਨੇ ਆਖਾ ਨਾ ਦੁਨੀਆ ਉੱਤੇ ਇੰਜ ਦਾ ਬੰਦਿਆ ਰੱਖ ਤੂੰ ਬਹਿਣ ਖਲੋਣ ਤੂੰ ਆਵੇਂ ਤੇ ਹਸਣ ਸਾਰੇ ਡਰ ਜਾਵੇਂ ਤੇ ਰੋਣ ਬੜਾ ਅੱਛਾ اخلاق ਰੱਖੋ ਤੇ ਜਿਹੜਾ ਨਾ ਆਜ ਦੀ ਨਾਲ ਜ਼ਿੰਦਗੀ گزارੋ ਸੋਹਣੀ ਜ਼ਿੰਦਗੀ گزارੋ ਤੇ ਐਵੇਂ ਕਿਸੇ ਦੇ ਨੁਕਸਾਨ ਦੇ ਉੱਤੇ ਖੁਸ਼ ਹੋਣਾ ਇਹ ਵੀ ਕੋਈ ਚੰਗੀ ਗੱਲ ਨਹੀਂ ਕਿਸੇ ਦਾ ਕੋਈ ਨੁਕਸਾਨ ਹੋ ਜਾਵੇ ਕਿਸੇ ਨੂੰ ਕੋਈ ਤਕਲੀਫ ਪਹੁੰਚੇ ਤੇ ਉਸ ਚੀਜ਼ ਤੇ ਤੁਸੀਂ ਖੁਸ਼ ਨਹੀਂ ਹੋਣਾ ਚਾਹੀਦਾ ਕਿਸੇ ਦੇ ਦੁੱਖ ਵਿੱਚ ਉਹਨਾਂ ਦੇ ਨਾਲ ਸ਼ਰੀਕ ਹੋ ਜਾਓ ਉਹਨਾਂ ਦੁੱਖ ਵੰਡੋ ਮੀਆਂ ਸਾਹਿਬ ਫਰਮਾਇਆ ਹੀ ਨਾ ਵੀ ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ ਸਜਣਾ ਵੀ ਮਰ ਜਾਣਾ ਦੀਗਰ ਤੇ ਦਿਨ ਗਿਆ ਮੁਹੰਮਦ ਔੜਕ ਨੋਡ ਬਜਾਣਾ ਤੇ ਇਨਸ਼ਾ ਅੱਲਾਹ ਮੈਨੂੰ ਉਮੀਦ ਹੈ ਕਿ ਮੇਰੀ ਵੀਡੀਓ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਅਗਰ ਮੇਰੀ ਵੀਡੀਓ ਪਸੰਦ ਆਈ ਹੋਵੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਔਰ ਵੀਡੀਓ ਨੂੰ ਲਾਈਕ ਕਰ ਦਿਓ ਔਰ ਆਕਮ ਅਜੀਜ਼ਨ ਦੇ ਇਜਾਜ਼ਤ ਅੱਲਾਹ ਹਾਫਿਜ਼